ਜਦੋਂ ਵੀ ਮੂਲੀ ਵਾਲੇ ਪਰੌਂਠੇ ਬਣਾਓ ਨਾ, ਉਹਦੇ ਵਿੱਚ ਜੁਆਇਣ ਜ਼ਰੂਰ ਪਾਓ। ਅਤੇ ਵੀਡੀਓ ਐਂਡ ਤੱਕ ਦੇਖਿਓ ਮੂਲੀ ਵਾਲੇ ਪਰੌਂਠੇ ਕਿਸ ਤਰ੍ਹਾਂ ਬਣਾਏ ਮੈਂ, ਅਤੇ ਵੀਡੀਓ ਦੇ ਵਿੱਚ ਨਿੰਮਾ ਵੀ ਆਊਗਾ। ਅਤੇ ਕਰਦੇ ਹਾਂ ਵੀਡੀਓ ਸ਼ੁਰੂ। ਉਹ ਨਿੰਮੇ ਆਇਓ, ਤੀਨੂੰ ਆ ਜਾ। ਆ ਵੀ ਆਉਣੇ ਮੈਂ ਕੱਦਾ ਲੱਗਿਆ ਹਾਂ ਤੂੰ ਸਵੇਰ ਦਾ ਯਾਰ, ਮੈਂ ਤੈਨੂੰ ਕੱਦਾ ਦੇਖਦਾ ਪੜਨਾ ਤੇ ਜੀਰੀ ਯਾਰ। ਹਾਂ ਜੀਰੀ ਮਲਕੀਤ ਸਿੰਘ ਬਾਈ ਨੇ ਬੀਜ ਦੇਤਾ ਸਾਨੂੰ ਖਰਾਬ। ਹੋਰ ਨਹੀਂ ਪੱਕਦਾ ਏ। ਉਹ ਬਾਈ ਚਾਹ ਪੀ ਲਾ ਜਾ। ਮਿੱਕੀ ਆ ਚਾਹ ਪੀ ਲੈ, ਇੱਕ ਵਾਰ ਪੀਓਗੇ ਤਾਂ ਬਾਰ ਬਾਰ ਮੰਗੋਗੇ। ਦੋ ਘੁੱਟ ਦਾ ਪੀ ਲੈ, ਡੋਡਿਆਂ ਵਾਲੀ ਚਾਹ। ਉਹਨੇ ਮੈਂ ਇੱਕ ਵਾਰ ਪੀਊਗੇ ਤੇ ਬਾਰ ਬਾਰ ਮੰਗੂਗਾ। ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ ਬਾਈ। ਥਾਈਲੈਂਡੀਆ ਦਾ ਹੁਣ ਮਾਲਾ ਵਾਲੇ ਹੋ ਗਏ ਤਾਂ। ਮੈਂ ਤਿੰਨ ਗਲਾਸ ਲੈ ਕੇ ਆਇਆ। ਮਿਲੋ ਜੀ ਨਿੰਮੇ ਨੂੰ। ਨਿੰਮੇ ਹਾਂਜੀ, ਥੱਕਿਆ ਥੱਕਿਆ ਜਿਹਾ ਲੱਗਦਾ। ਨਾ ਨਾ ਥੱਕੇਗਾ ਨੂੰ ਬਾਈ, ਕੰਮ ਕਰੀਦਾ ਹੁਣ। ਇਹ ਮੈਨੂੰ ਕੱਲ੍ਹ ਕਹਿੰਦਾ ਕਹਿੰਦਾ ਮੂਲੀ ਵਾਲੇ ਪਰੌਂਠੇ ਖਾਣੇ ਆ। ਹੁਣ ਮੈਂ ਰੋਪੜ ਸ਼ਹਿਰ ਚੱਲਿਆ ਤਾਂ ਹੀ ਨਵੇਂ ਕੱਪੜੇ ਪਾਏ ਹੋਏ, ਉਹਨਾਂ ਦੇ ਬਾਅਦ ਮੂਲੀਆਂ ਲੈ ਕੇ ਆਊਂਗਾ। ਤੂੰ ਵੱਢ ਜੀਰੀ, ਤੈਨੂੰ ਦੁਪਹਿਰ ਨੂੰ ਖਾਣਾ ਮੂਲੀ ਵਾਲੇ ਪਰੌਂਠੇ। ਠੀਕ ਆ ਠੀਕ ਆ। ਹੁਣ ਤੂੰ ਪੀ ਚਾਹ। ਚਾਹ ਦੇਖੋ ਬੰਦੇ ਹੈਗੇ ਆਪਾਂ ਚਾਰ, ਚੱਲ ਇੱਕ ਗਲਾਸ ਹੋਰ ਲਿਆਉਂਦੇ ਹਾਂ। ਮੈਂ ਪੀਂਦਾ ਨਹੀਂ। ਤੂੰ ਪੀਂਦਾ ਨਹੀਂ ਵਿੱਕੀ ਚਾਹ? ਇਹ ਬਾਈ ਚਿੱਟੀ ਜੀ ਉਹ ਦੁੱਧ ਪੀਂਦਾ ਹੈ। ਚਿੱਟਾ ਪੀਂਦਾ, ਚਿੱਟਾ ਦੁੱਧ, ਚਿੱਟਾ ਪੀਂਦਾ, ਚਿੱਟਾ ਨਹੀਂ ਦੁੱਧ ਪੀਂਦਾ ਹਰ, ਚਿੱਟਾ ਚਿੱਟਾ ਦੁੱਧ ਪੀਂਦਾ। ਐਂ ਕਹਿ ਲੈ ਨਵੇਂ ਚਿੱਟੇ ਦਿਨ ਉਹਨੇ ਬੜਾ ਹੱਸਿਆ। ਉਹ ਚਿੱਟਾ ਕਹਿ ਦਿੰਦੇ ਨਾ, ਨਸ਼ਾ ਹੈ ਚਿੱਟਾ ਦਾ। ਅੱਛਾ, ਨਸ਼ਾ ਥੋੜੀ ਪੀਂਦਾ, ਇਹ ਦੁੱਧ ਪੀਂਦਾ ਬਾਈ। ਚਲ ਆ ਤਾਂ ਹੁਣ ਨਸ਼ੇ ਤੌਰ ਤੇ ਪੀਣੀ ਚਾਹ ਤੁਸੀਂ? ਇਹ ਤਾਂ ਹੁਣ ਨਸ਼ੇ ਤੌਰ ਤੇ ਹੀ ਆ ਬਾਈ, ਫਿਰ ਸਾਰੇ ਪੀਂਦੇ ਆ। ਕਿੱਧਰ ਨੂੰ ਜਾਣਾ? ਸਿੱਧਾ ਚੱਲੀ ਤੇ ਰੋਪੜ ਸ਼ਹਿਰ ਨੂੰ, ਤੇ ਲੈ ਕੇ ਆਏ ਨਿੰਮੇ ਵਾਸਤੇ ਮੂਲੀਆਂ। ਮੈਨੂੰ ਵੀ ਕਦੋਂ ਕੰਮ ਨਿਬੇੜ ਕੇ, ਫਿਰ ਬਾਅਦ ਚੱਜ ਖਿਲਾਉਂਦੇ ਨਿੰਮੇ ਨੂੰ ਮੂਲੀ ਵਾਲੇ ਪਰੌਂਠੇ ਲੈ ਕੇ। ਰੱਬ ਦਾ ਨਾਂ ਤੇ ਗੱਡੀ ਤੋਰੀ ਹੈ। ਰੋਪੜ ਮੰਡੀ 'ਚ ਅੱਗ ਲੱਗ ਗਈ, ਕਹਿੰਦਾ ਪਿਆਜ 50 ਰੁਪਏ ਕਿਲੋ ਪਾ ਦੇ ਭਾਈ, 2 ਕਿਲੋ ਫਿਰ ਹੋਰ ਮਟਰ ਪਾ ਦੇ। ਆਹ ਮੂਲੀਆਂ ਹੈ ਕਿ ਮੂਲੀਆਂ ਮੂਲੀਆਂ ਦੇ ਯਾਰ, ਮੂਲੀਆਂ ਮੂਲੀਆਂ ਜ਼ਰੂਰੀ ਲੈ ਕੇ ਜਾਣੀ ਅੱਜ। ਲੈ ਲੈ ਇੰਨੀਆਂ ਨੇ, ਕਿਲੋ ਦੇ ਦੇ, ਕਿਲੋ ਦੇ ਦੇ, ਕਿਲੋ ਦੇ ਦੇ ਯਾਰ। ਮੈਂ ਘਰ ਨੂੰ ਜਾ ਰਿਹਾ ਸੀ ਅਤੇ ਆਹ ਮੇਰਾ ਦੋਸਤ ਆ, ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਇਹਨੇ ਫੋਨ ਕੀਤਾ ਵੀ ਕੋਈ ਬੰਦੇ ਬਾਹਰੋਂ ਮਿਲਣ ਆਏ ਹੋਏ ਆ। ਕੀ ਨਾਮ ਉਹ ਕਿਧਰਾ? ਤੇਰਾ? ਫੜੋ ਭਾਅ ਜੀ। ਹਾਂ ਇਹ ਨਾ ਆਪਣੇ ਅਨੰਦਪੁਰ ਸਾਹਿਬ ਰੋਡ ਪਰ ਪੈਂਦਾ, ਪਿੰਡ ਅਨੰਦਪੁਰ ਅਨੰਦਪੁਰ ਤੋਂ। ਅਤੇ ਭਾਅ ਜੀ ਵੀਡੀਓ ਦੇਖਦੇ ਆ, ਇਹ ਮੁੰਡੇ ਨੇ ਕਰਨ ਵੀ ਨੂੰ ਮਿਲਣਾ ਅਤੇ ਨਿੰਦੇ ਨੂੰ ਮਿਲਣਾ, ਬਸ ਠੀਕ ਹੈ ਟਾਈਮ ਦੇਣਾ, 2 ਵਜੇ ਘਰ ਨੂੰ ਆ ਜਾਇਓ। ਠੀਕ ਹੈ, ਨਿੰਮੇ ਨੂੰ ਮਿਲਾ ਦੇਣਾ ਤੁਹਾਨੂੰ। ਬਸ ਇੱਕ ਦੋ ਕੁ ਸਬਜ਼ੀਆਂ ਲਿਆਉਂਦੀਆਂ, 300 ਦੀਆਂ ਆਈਆਂ ਇਹ। ਸੋ ਇਹਨਾਂ ਦਿਨਾਂ 'ਚ ਥੋੜ੍ਹੀ ਸਬਜ਼ੀ ਮਹਿੰਗੀ ਹੋ ਜਾਂਦੀ ਆ, ਕਿ ਜਦੋਂ ਮੌਸਮ ਚੇਂਜ ਹੁੰਦਾ ਵੀ ਸਬਜ਼ੀਆਂ ਦਾ ਭਾਅ ਥੋੜ੍ਹਾ ਵਧਿਆ ਜਾਂਦਾ। ਕੁਛ ਤਿਉਹਾਰ ਵੀ ਆ, ਤਿਉਹਾਰਾਂ ਕਰਕੇ ਵੀ ਆ। ਪਰ ਇੱਕ ਮੈਂ ਹੁਣ ਇੱਕ ਚੀਜ਼ ਹੋਰ ਦੇਖੀ ਆ ਵੀ ਹੁਣ ਹਰੇਕ ਮੌਸਮ 'ਚ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਉਹ ਮਿਲ ਜਾਂਦੀ ਆ। ਹੁਣ ਫਲੀ ਮਟਰ ਸਦਾ ਬਹਾਰੇ ਹੋਏ ਪਏ ਆ, ਟਮਾਟਰ ਕਿਹਾ, ਜੋ ਤੁਹਾਨੂੰ ਚੀਜ਼ ਚਾਹੀਦੀ ਉਹ ਹਰੇਕ ਰੁੱਤ 'ਚ ਮਿਲ ਜਾਂਦੀ ਆ। ਇਹ ਹੁਣ ਪਹਿਲਾਂ ਸੀ ਵੀ ਆਹ ਨਹੀਂ ਮਿਲਣਾ, ਹੁਣ ਉਹ ਸਾਰੀ ਚੀਜ਼ਾਂ ਅਵੇਲੇਬਲ ਹੈਗੀਆਂ। ਸਾਗ ਦਾ ਸੀ ਜਿਹੜੀਆਂ ਗੰਦਲਾਂ, ਅਤੇ ਤਕਰੀਬਨ ਦਿਨ 'ਚ ਉਹਨੂੰ 10 ਬੰਦੇ ਘੁੰਮ ਲੈਂਦੇ ਆ। ਠੀਕ ਹੈ, ਗੇਤਾ ਸਾਗ ਉਹਨਾਂ ਨੇ ਪਹਿਲੀ ਇੰਨਾ ਕੁ ਉਗਾ ਲਿਆ, ਪਿੰਡਾਂ 'ਚ 10-10 ਬੰਦੇ ਘੁੰਮ ਜਾਂਦੇ ਸਾਗ ਵਾਲੇ, ਦੇਖੋ ਪਹਿਲੀਆਂ ਗੇਤਾ ਲੈ ਵੀ ਨਿੰਮੇ। ਹਾਂਜੀ, ਲਿਆਂਦਿਆਂ ਤੇਰੇ ਬਾਤੇ ਮੂਲੀਆਂ, ਠੀਕ ਹੈ ਤੇਰੇ ਲਈ ਲਿਆ ਸੀ ਮੈਂ ਸ਼ਹਿਰ ਤੋਂ ਮੂਲੀਆਂ, ਖਾ ਕੇ ਤੂੰ ਪਰੌਂਠੇ। ਗਾਣਾ ਬਣ ਗਿਆ, ਗਾਣਾ ਬਣ ਗਿਆ, ਸ਼ਹਿਰ ਤੋਂ ਲੈ ਆਇਆ ਸੀ ਮੈਂ ਤੇਰੇ ਲਈ ਮੂਲੀਆਂ, ਮੂਲੀਆਂ ਵਾਲੇ ਪਰੌਂਠੇ ਹੁਣ ਤੈਨੂੰ ਬਣਾ ਕੇ ਮੈਂ ਖਿਲਾਉਂਗਾ। ਲੂਣ ਮਿਰਚ ਤਿੱਖਾ ਰੱਖਾਂ? ਨਹੀਂ, ਲੂਣ ਮਿਰਚ ਠੀਕ ਜਿਹੀ ਰੱਖੀ, ਮਿਰਚਾਂ ਤਾਂ ਖਰਾਬ ਕਰਦੀਆਂ, ਮਿਰਚਾਂ ਖਰਾਬ ਕਰਦੀਆਂ, ਢਿੱਡ ਜਿਵੇਂ ਗੜੂ ਹੋਈ ਜਾਊਗੀ। ਅੱਛਾ ਚੱਲ, ਤੈਨੂੰ ਮਿਰਚਾਂ ਘੱਟ ਖਿਲਾਉਂਦੇ, ਫਿਰ ਤੂੰ ਆਇਆ ਕਰ।
ਤੂੰ ਵੀ ਇਕੱਠੇ ਹੀ ਲੱਗਦੇ ਆਪਾਂ ਠੀਕ ਹੈ ਤਾਂ ਫਾਸਟ ਫੂਡ ਇਹ ਮਿੰਟਾਂ ਸਕਿੰਟਾਂ ਚ ਤਿਆਰ ਹੋ ਜਾਂਦਾ ਤੇ ਨਿੰਮੇ ਤੂੰ ਕੁੱਟ ਮਿਰਚਾਂ ਤੇ ਅਦਰਕ ਇੰਨੇ ਚ ਮੈਂ ਮੂਲੀਆਂ ਘਰੇੜਦਾ ਬਣ ਗਏ ਮੂਲੀ ਵਾਲੇ ਪਰੌਂਠੇ ਅਤੇ ਇਹਦੇ ਵਿੱਚ ਜੁਆਇਣ ਪਾਈ ਆ ਮੈਂ ਅਦਰਕ ਪਾਇਆ ਅਤੇ ਹਰੀ ਮਿਰਚ ਪਾਈ ਹੈ ਰਿਫਾਇੰਡ ਆਉਣ ਨਾਲ ਇਹਨੂੰ ਥੋੜ੍ਹਾ ਤਲਿਆ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤੁਸੀਂ ਨਾ ਤਲਿਓ ਇੱਦਾਂ ਵੀ ਖਾਧੇ ਜਾ ਸਕਦੇ ਆ ਘੱਟ ਲਾ ਲਵੇ ਥੋੜ੍ਹਾ ਜਿਹਾ ਅਤੇ ਮੇਰਾ ਵੀ ਜੀ ਕਰਦਾ ਸੀ ਅਤੇ ਨਿੰਮੇ ਦਾ ਵੀ ਜੀ ਕਰਦਾ ਸੀ ਅਸੀਂ ਰੋਪੜ ਸ਼ਹਿਰ ਦੇ ਵਿੱਚ ਇੱਕ ਦਿਨ ਮੂਲੀਆਂ ਦੇਖ ਲਈਆਂ ਨਿੰਮਾ ਕਹਿੰਦਾ ਮੂਲੀ ਵਾਲੇ ਪਰੌਂਠੇ ਖਾਣੇ ਮੈਂ ਕੋਈ ਨਾ ਤੁਹਾਨੂੰ ਖਵਾਊਂਗਾ ਜ਼ਰੂਰ ਅਤੇ ਤੁਸੀਂ ਉਹਨੇ ਘਰ ਦੇ ਵਿੱਚ ਇਸ ਤਰ੍ਹਾਂ ਜ਼ਰੂਰ ਬਣਾਉਣ ਦੀ ਟਰਾਈ ਕਰਿਓ ਸਿੰਗਲ ਰੋਟੀ 'ਚ ਨਹੀਂ ਬਣਦੇ ਹੈਗੇ ਇਹ ਇੱਦਾਂ ਡਬਲ ਰੋਟ ਦੋ ਰੋਟੀਆਂ ਬਣਾ ਕੇ ਵਿੱਚ ਭਰ ਕੇ ਬਣਦੇ ਕਿ ਸਿੰਗਲ ਰੋਟੀ 'ਚ ਉਹਨਾਂ ਪਾਣੀ ਜਿਹਾ ਛੱਡ ਦਿੰਦਾ ਫਿਰ ਜਦੋਂ ਅਤੇ ਇੱਦਾਂ ਤੁਸੀਂ ਭਰ ਕੇ ਬਣਾਓ ਅਤੇ ਨਿੰਮੇ ਖਾ ਅਤੇ ਪ੍ਰਭੂ ਦੇ ਗੁਣ ਗਾ ਵਰਦਿਆਂ ਕਰ ਲਈਆਂ ਚੇਂਜ ਅਤੇ ਚੱਲੀਏ ਗਰਾਊਂਡ ਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਹੋਰ ਕਹਿਣਾ ਚਾਹੁੰਦਾ ਮੂਲੀ ਵਾਲੇ ਪਰੌਂਠੇ ਸਵੇਰ ਟਾਈਮ ਖਾਈਦੇ ਹੁੰਦੇ ਆ ਸ਼ਾਮ ਟਾਈਮ ਨਹੀਂ ਖਾਈਦੇ ਹੁੰਦੇ ਹੈਗੇ ਠੀਕ ਹੈ ਨਹੀਂ ਰਾਤ ਨੂੰ ਚਲੋ ਛੱਡੋ ਅਤੇ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ
ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ।